ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਆਰਜਸ ਨੀਟਿੰਗ 'ਤੇ ਤੁਹਾਡਾ ਬਹੁਤ ਬਹੁਤ। ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਅਤੇ ਸੋਹਣਾ ਡਿਜ਼ਾਇਨ ਲੈ ਆਈ ਹਾਂ, ਅਤੇ ਜੇਕਰ ਕਿ ਤੁਹਾਨੂੰ ਇਹ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਜੀ। ਅਤੇ ਇਹ ਡਿਜ਼ਾਇਨ ਬਹੁਤ ਆਸਾਨੀ ਨਾਲ ਪੈਣ ਵਾਲਾ ਹੈ ਅਤੇ ਪੁੱਠੇ ਪਾਸੇ ਤੋਂ ਇਹ ਸ਼ੁਰੂ ਹੁੰਦਾ ਹੈ ਅਤੇ ਮੈਂ ਸ਼ੁਰੂ ਕਰਨ ਲੱਗੀ ਹਾਂ। ਪਹਿਲੀਆਂ ਸਿਲਾਈਆਂ ਮੈਂ ਵਿੱਚ ਦੀਆਂ ਪਾ ਚੁੱਕੀ ਹਾਂ। ਪਹਿਲਾ ਕੁੰਡਾ ਇਸ ਤਰ੍ਹਾਂ ਹੀ ਬੁਣ ਲਿਆ, ਉਹਨੇ ਸਾਰੇ ਕੁੰਡੇ ਇਸ ਤਰ੍ਹਾਂ ਧਾਗਾ ਪਿੱਛੇ ਰੱਖਦਿਆਂ ਹੋਇਆ ਦੋ ਦੋ ਦਾ ਇੱਕ ਇੱਕ ਕਰ ਲੈਣਾ ਇਸ ਤਰ੍ਹਾਂ। ਬਹੁਤ ਸੌਖਾ, ਬਹੁਤ ਆਸਾਨੀ ਨਾਲ ਬਣਨ ਵਾਲਾ ਡਿਜ਼ਾਇਨ ਹੈ। ਕੋਈ ਇਸ ਨੂੰ ਸਵੈਟਰ, ਕੋਟੀ, ਲੇਡੀਜ਼ ਅਤੇ ਜੈਂਟਸ ਬੱਚਿਆਂ ਦੀ ਕਿਸੇ 'ਤੇ ਵੀ ਅਸੀਂ ਪਾ ਸਕਦੇ ਹਾਂ, ਬਹੁਤ ਆਸਾਨੀ ਨਾਲ ਬਣ ਜਾਂਦਾ। ਪਹਿਲੀ ਸਿਲਾਈ ਪੈ ਚੁੱਕੀ ਹੈ, ਦੋ ਦੋ ਦੇ ਇੱਕ ਇੱਕ ਕਰਿਆ, ਇੱਕ ਇੱਕ ਕੁੰਡਾ ਇਸ ਤਰ੍ਹਾਂ ਆਪ ਬੁਣ ਲਿਆ। ਇਹਨੂੰ ਵੀ ਬੁਣ ਲੈਣਾ, ਉਸ ਤੋਂ ਬਾਅਦ ਇੱਕ ਕੁੰਡਾ ਇੱਥੋਂ ਚੱਕ ਲਿਆ ਅਤੇ ਆ ਸਿੱਧਾ ਇਸ ਤਰ੍ਹਾਂ। ਕੁੰਡੇ ਸਾਡੇ ਪੂਰੇ ਹੋ ਗਏ ਹੈ, ਦੋ ਸਿਲਾਈਆਂ ਹੁਣ ਸਿੱਧੀਆਂ ਪੈਣੀਆਂ ਨੇ। ਇੱਕ ਸਿਲਾਈ ਹੋਰ ਸਿੱਧੀ, ਹੁਣ ਫਿਰ ਪੁੱਠੀ ਸਿਲਾਈ ਇਸ ਤਰ੍ਹਾਂ ਡਿਜ਼ਾਇਨ ਪਾਣੇ ਪੈ ਜਾਏਗਾ ਇਸਦੇ 'ਚ ਦੂਸਰੀ ਵਾਰ। ਧਾਗਾ ਪਿੱਛੇ ਰੱਖਦੇ ਹੋਏ ਆ ਦੋ ਦੋ ਦੇ ਇੱਕ ਇੱਕ ਇਸ ਤਰ੍ਹਾਂ।
ਇੱਦਾਂ ਹੀ ਸਾਈਡਾਂ ਤੋਂ ਇੱਥੋਂ ਕੁੰਡੇ ਚੱਕ ਕੇ ਸਾਰੇ ਡਿਜ਼ਾਇਨ ਪੂਰਾ ਹੋ ਜਾਣਾ। ਦੇਖੋ ਜੀ, ਅਤੇ ਜੇ ਕਰਕੇ ਤੁਹਾਨੂੰ ਇਹ ਡਿਜ਼ਾਇਨ ਪਸੰਦ ਆਇਆ ਹੋਵੇ ਤਾਂ ਇਸਨੂੰ ਲਾਈਕ ਕਰਨਾ ਜੀ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।